ਅੱਜ ਪੂਰੇ ਪੰਜਾਬ ਦੇ ਵਿਚ ਸਹਿਮ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ। ਔਰ ਤੁਸੀਂ ਰੋਜ਼ਾਨਾ ਖਬਰਾਂ ਵੇਖ ਰਹੇ ਹੋ ਕਿ ਕਿਸ ਪ੍ਰਕਾਰ ਨਿਰੰਤਰ ਰੋਜ਼ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਵਾਰਦਾਤ ਦਾ ਸਾਨੂੰ ਖਬਰ ਮਿਲਦੀ ਆ। ਥੋੜੇ ਦਿਨ ਪਹਿਲਾਂ ਜੋ ਮਾਲ ਦੇ ਸਾਹਮਣੇ ਮੋਹਾਲੀ ਵਿਖੇ ਹਾਦਸਾ ਹੋਇਆ, ਉਹ ਤੁਸੀਂ ਸਾਰਿਆਂ ਨੇ ਵੇਖਿਆ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ, ਲਾਅ ਐਂਡ ਆਰਡਰ। ਔਰ ਇਹ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਹਿਮ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਬੈਠ ਗਿਆ, ਖਾਸ ਕਰਕੇ ਸਾਡੇ ਵਪਾਰੀ ਭਰਾਵਾਂ ਦੇ ਤੇ ਸ਼ਹਿਰਾਂ ਦੇ ਵਿੱਚ ਹਿੰਦੂ ਭਰਾਵਾਂ ਦੇ। ਉਸ ਤੋਂ ਬਾਅਦ ਕਈ ਐਸੇ ਘਟਨਾਕ੍ਰਮ ਹੋਏ, ਚਾਹੇ ਉਹ ਨਕੋਦਰ ਵਪਾਰੀ ਦਾ ਜਿਹਨੂੰ ਸਿਕਿਉਰਿਟੀ ਗਾਰਡ ਦਿੱਤਾ ਗਿਆ ਸੀ ਉਹਨਾਂ ਦੀ ਮੌਤ ਹੋਈ, ਇੱਕ ਪੁਲਿਸ ਵਾਲੇ ਦੀ ਵੀ ਮੌਤ ਹੋਈ, ਫਿਰ ਚਾਹੇ ਮੋਗੇ ਦਾ ਕਾਂਡ ਕਰ ਲਈਏ। ਇਸ ਤਰ੍ਹਾਂ ਦੇ ਅਨੇਕਾਂ ਕਾਂਡ ਪੰਜਾਬ ਦੇ ਅੰਦਰ ਹੋਏ ਜਿਹਨੂੰ ਅੱਖੋਂ ਪਰੋਖੇ ਕੀਤਾ ਗਿਆ। ਔਰ ਮੈਂ ਸਮਝਦਾ ਕਿ ਅੱਜ ਸਵਾ ਸਾਲ ਬੀਤ ਜਾਣ ਤੋਂ ਬਾਅਦ ਵੀ ਹਜੇ ਵੀ ਉਹਨਾਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਖਾਸ ਕਰਕੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ। ਲੇਕਿਨ ਜਿਹੜੇ ਦੋਸ਼ੀ ਨੇ ਉਹ ਸ਼ਰੇਆਮ ਆਪਣੀ ਮਨਮਰਜ਼ੀ ਕਰ ਰਹੇ ਨੇ। ਮੈਂ ਧਿਆਨ ਦਿਵਾਉਣਾ ਚਾਹੁੰਦਾ ਹਾਂ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੋਂ ਨਿਰੰਤਰ ਫਰੌਤੀਆਂ ਮੰਗੀਆਂ ਜਾ ਰਹੀਆਂ। ਔਰ ਬਹੁਤ ਸਾਰੇ ਜਿਹੜੇ ਆ ਛੋਟੇ ਸ਼ਹਿਰ ਹੈ, ਗਿੱਦੜਬਾ, ਮੁਕਤਸਰ, ਮਲੋਟ, ਬਰਨਾਲਾ, ਬਠਿੰਡਾ, ਇੱਥੋਂ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਫਰੌਤੀਆਂ ਮੰਗੀਆਂ ਜਾਂਦੀਆਂ। ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਕੇਵਲ 1% ਲੋਕ ਨੇ, 99% ਜਾਂ ਤਾਂ ਡਰਦੇ ਮਾਰੇ ਆਪਦੇ ਟੈਲੀਫੋਨ ਬੰਦ ਕਰ ਲੈਂਦੇ ਨੇ ਤੇ ਜਾਂ ਫਿਰ ਉਹ ਫਰੌਤੀਆਂ ਦੇ ਦਿੰਦੇ ਨੇ। ਸੋ ਮੇਰੇ 3-4 ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੌਤੀਆਂ ਮੰਗੀਆਂ ਗਈਆਂ ਔਰ 2-3 ਦੇ ਵੀ ਆਏ, ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਦੱਸਣਾ ਸੀ, ਉਹ ਕਹਿੰਦਾ ਸੀ ਦੱਸਦੇ ਤਾਂ ਫਿਰ ਕੀ ਹੋ ਜਾਂਦਾ। ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ ਆ। ਜਿਹੜੀ 6/4/2024 ਨੂੰ ਜਿਹੜਾ 6/4/2023 ਜਿਸ ਪ੍ਰਕਾਰ ਲਾਰੈਂਸ ਬਿਸ਼ਨੋਈ ਨਾਮੀ ਗੈਂਗਸਟਰ ਦੀ ਇੰਟਰਵਿਊ ਹੋਈ ਜੇਲ੍ਹ ਦੇ ਅੰਦਰ, ਔਰ ਪਹਿਲੀ ਜਿਹੜੀ ਇੰਟਰਵਿਊ ਹੋਈ ਉਹਨੂੰ ਮਨਾ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ, ਫਿਰ ਦੂਜੀ ਇੰਟਰਵਿਊ ਤੇ ਜੋ ਇਹਨਾਂ ਨੇ ਭੇਸ ਭੂਸਾ ਦੱਸੀ ਸੀ DGP ਸਾਹਿਬ ਨੇ, ਉਹੀ ਭੇਸ ਭੂਸਾ ਦੇ ਵਿੱਚ ਇੰਟਰਵਿਊ ਆਈ ਜੋ ਕਹਿੰਦੇ ਸੀ ਸਾਡੇ ਪੰਜਾਬ ਕੋਲੇ ਤਾਂ ਇਹੋ ਜਿਹੀ ਹਾਲਾਤ ਦੇ ਵਿੱਚ ਆ ਉਹਰੇ ਵਾਲ ਕੱਟੇ ਸੀ, ਇੰਨੇ ਇੰਨੇ ਵਾਲ ਸੀ, ਆ ਇਸ ਤਰ੍ਹਾਂ ਦਾ ਹੁਲੀਆ ਸੀ ਜਦੋਂ ਸਾਡੇ ਪੰਜਾਬ ਕੋਲੇ ਸੀ। ਉਸੇ ਹੁਲੀਏ ਦੇ ਵਿੱਚ ਦੂਜੀ ਇੰਟਰਵਿਊ ਆ ਗਈ। ਅਸੀਂ ਮੁੱਦਾ ਚੱਕਿਆ ਕਿ ਇੰਟਰਵਿਊ ਕਿਵੇਂ ਹੋ ਗਈ ਜੇਲ੍ਹ ਦੇ ਅੰਦਰ। ਤੁਸੀਂ ਕਹਿੰਦੇ ਕਿ ਫਸਟ ਕਲਾਸ ਜੇਲ੍ਹ ਹੈ, ਜਿੱਥੇ ਜੈਂਬਰ ਲੱਗਿਆ ਕਿਸੇ ਪ੍ਰਕਾਰ ਦਾ ਉੱਥੇ ਟੈਲੀਫੋਨ ਨਹੀਂ ਜਾਂਦਾ। ਅਸੀਂ ਜਦੋਂ ਮੁੱਦਾ ਚੱਕਿਆ ਕਿਸੇ ਨੇ ਸਾਡਾ ਕੋਈ ਗੱਲ ਨਹੀਂ ਸੁਣੀ, ਤੇ ਫਿਰ ਹਾਈ ਕੋਰਟ ਨੇ ਸੂ ਮੋਟੋ ਲਿਆ ਇਸ ਗੱਲ ਦਾ। ਇਹ ਮੇਰਾ ਖਿਆਲ 9 ਨਵੰਬਰ 2023 ਨੂੰ ਇਹਦੇ ਤੇ ਸੂ ਮੋਟੋ ਹੋਇਆ, ਤੇ ਸੂ ਮੋਟੋ ਤੋਂ ਬਾਅਦ ਯਾਨੀ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਦੱਸੋ ਇਹਦੇ ਬਾਰੇ ਕੀ ਹੈ, ਤਲਬ ਕੀਤਾ ਗਿਆ, ਇਹਨਾਂ ਨੇ ਕੋਈ ਜਵਾਬ ਇਧਰ ਉਧਰ ਦਾ ਦਿੱਤਾ। ਫਿਰ ਉਹਨਾਂ ਨੇ ਕਿਹਾ ਅਸੀਂ ਡਿਸਸੈਟਿਸਫਾਈਡ ਹੈ ਤੁਹਾਡੇ ਇਸ ਜਵਾਬ ਤੋਂ। ਪਰ ਫਿਰ ਇਹਨਾਂ ਨੇ ਸਿੱਟ ਬਣਾਈ ਗਈ ADGP ਦੇ ਅੰਡਰ, ਪ੍ਰਮੋਦ ਜੀ ਦੇ ਅੰਡਰ। ਉਹ ਸਿੱਟ ਨੇ
ਐਫ ਆਈ ਆਰ ਦਰਜ ਕਰਤੀਆਂ, ਦੋ ਐਫ ਆਈ ਆਰ ਬੇਨਾਮੀ ਐਫ ਆਈ ਆਰ, ਜਿਵੇਂ ਭਗਰਾੜੀ ਕਾਂਡ ਕੇਸ ਦੇ ਵਿਚ ਬਿਨਾਂ ਕਿਸੇ ਨਾਮ ਤੋਂ ਐਫ ਆਈ ਆਰ ਦਰਜ ਕੀਤੀ, ਜਿਵੇਂ ਸ਼ੁਭਕਰਨ ਦਾ ਕਤਲ ਹੋਇਆ ਸਾਡੇ ਭਰਾ ਕਿਸਾਨ ਦਾ ਛੋਟੇ ਵੀਰ ਦਾ, ਬੇਨਾਮੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ। ਉਸੇ ਤਰ੍ਹਾਂ ਇਸ ਤਰ੍ਹਾਂ ਦੋ ਐਫ ਆਈ ਆਰ ਦਰਜ ਕਰ ਦਿੱਤੀਆਂ ਗਈਆਂ। ਕੱਲ ਕੋਰਟ ਚ ਤਰੀਕ ਸੀਗੀ 6/4/2023, ਕੱਲ ਕੋਰਟ ਚ ਤਰੀਕ ਸੀਗੀ, ਲੇਕਿਨ ਤਰੀਕ ਤੇ ਵੀ ਇਹਨਾਂ ਨੇ ਇਹ ਕਿਹਾ ਕਿ ਸਾਨੂੰ 3 ਮਹੀਨੇ ਦਾ ਹੋਰ ਸਮਾਂ ਚਾਹੀਦਾ ਇਨਵੈਸਟੀਗੇਸ਼ਨ ਵਾਸਤੇ। ਜੇ ਅੱਜ ਇਹ ਨਹੀਂ ਪਤਾ ਲੱਗ ਸਕਿਆ ਐਫ ਆਈ ਆਰ ਦਰਜ ਕਰ ਲਈ, ਇਹਦਾ ਮਤਲਬ ਘਟਨਾਕ੍ਰਮ ਹੋਇਆ। ਜੇ ਅੱਜ ਇੰਨੇ ਵਕਫੇ ਦੇ ਵਿਚ ਸਰਕਾਰ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇੱਕ ਨਾਮੀ ਗੈਂਗਸਟਰ ਜੇਲ੍ਹ ਦੇ ਵਿਚ ਕਿਸ ਵੇਲੇ ਕਦੋਂ ਤੇ ਕਿੱਥੋਂ ਇੰਟਰਵਿਊ ਦੇ ਗਿਆ, ਫਿਰ ਪੰਜਾਬ ਦਾ ਕੀ ਬਣੇਗਾ। ਇਸੇ ਕਰਕੇ ਦਿਨ ਦਿਹਾੜੇ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਨੇ। ਪੰਜਾਬ ਦੇ ਲੋਕ ਭੈ ਦੇ ਵਿਚ ਨੇ, ਪੰਜਾਬ ਦੇ ਲੋਕ ਚਿੰਤਾ ਦੇ ਵਿਚ ਨੇ। ਸੋ ਮੈਂ ਸਰਕਾਰ ਨੂੰ ਇਹ ਅਪੀਲ ਕੀਤੀ, ਅੱਜ ਮੁੱਦਾ ਵੀ ਠੱਕਿਆ ਵੀ ਕਦੋਂ ਤੱਕ ਇਹ ਹੋਏਗਾ। ਰੋਜ਼ਾਨਾ ਤੁਹਾਡੀਆਂ ਅਸੀਂ ਗੱਲਾਂ ਸੁਣਦੇ ਹਾਂ। ਸੋ ਲਾਅ ਐਂਡ ਆਰਡਰ ਅੱਜ ਮੋਹਾਲੀ ਗੈਂਗਸਟਰਾਂ ਦੀ ਹੱਬ ਬਣ ਗਿਆ, ਆਸੇ ਪਾਸੇ ਦੇ ਸਾਰੇ ਗੈਂਗਸਟਰ ਅੱਜ ਮੋਹਾਲੀ ਦੇ ਅੰਦਰ ਹੈ। ਸੋ ਇਹਦੇ ਤੇ ਚਿੰਤਾ ਸਰਕਾਰ ਨੂੰ ਵਿਖਾਉਣੀ ਚਾਹੀਦੀ ਹੈ, ਨਾ ਕਿ ਫਲਾਨੇ ਨੂੰ ਤਾਲਾ ਲਾ ਦਿਓ ਤੇ ਫਲਾਨੇ ਨੂੰ ਬੋਲਣ ਨਾ ਦਿਓ। ਕੱਲ ਦਾ ਵੀ ਜੋ ਘਟਨਾਕ੍ਰਮ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ, ਜਿਸ ਪ੍ਰਕਾਰ ਬਜਟ ਤੇ ਬਹਿਸ ਹੋਣੀ ਚਾਹੀਦੀ ਸੀ, ਬਜਟ ਤੇ ਬਹਿਸ ਹੈ ਜਿਹੜੀ ਉਹ ਕਮ ਸੇ ਕਮ ਇੱਕ ਦਿਨ ਬਜਟ ਨੂੰ ਤਿਆਰੀ ਕਰਨ ਵਾਸਤੇ ਦੇਣਾ ਚਾਹੀਦਾ ਸੀ ਜਿਵੇਂ ਪਹਿਲਾਂ ਹੁੰਦਾ ਹੈ, ਲੇਕਿਨ ਬਹਿਸ ਰੱਖੀ ਗਈ ਕੇਵਲ 3 ਘੰਟੇ। ਕੀ ਤੁਸੀਂ ਇਹ ਸਮਝਦੇ ਹੋ ਵੀ 3 ਘੰਟਿਆਂ ਦੇ ਸਮੇਂ ਦਰਮਿਆਨ ਤੁਸੀਂ ਪੰਜਾਬ ਦੇ ਬਜਟ ਤੇ ਕੋਈ ਪੁਖਤਾ ਫੈਸਲਾ ਲੈ ਸਕਦੇ ਹੋ? ਉਹ ਜਾਣ ਬੁੱਝ ਕੇ ਹੋਇਆ, ਐਵੇਂ ਗਵਰਨਰ ਐਡਰੈਸ ਹੋਇਆ, ਇੱਕ ਦਿਨ ਗਵਰਨਰ ਐਡਰੈਸ ਤੇ ਬਹਿਸ, ਜਦੋਂ ਤੁਸੀਂ 15 ਦਿਨ ਦਾ ਬਜਟ ਸੈਸ਼ਨ ਰੱਖਿਆ, ਕੋਈ ਹੋਰ ਮਹੱਤਵਪੂਰਨ ਤੁਹਾਡੇ ਕੋਲ ਕਾਰਜ ਨਹੀਂ ਹੈ ਅੱਜ। ਅੱਜ ਧਿਆਨ ਦਵਾਓ ਮਤੇ ਹੈ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਕਿ 3 ਮਿੰਟ ਮੈਨੂੰ ਤੁਸੀਂ ਸਮਾਂ ਦਿੱਤਾ ਗਿਆ ਕਿ ਅਸੀਂ ਬਜਟ ਤੇ ਵਧੇਰੇ ਗੱਲ ਕਰੀਏ, ਤੁਸੀਂ ਲਾਅ ਐਂਡ ਆਰਡਰ ਤੇ ਗੱਲ ਕਰੀਏ, ਅਸੀਂ ਮਾਈਨਿੰਗ ਤੇ ਗੱਲ ਕਰੀਏ, ਅਸੀਂ ਡਰੱਗਸ ਦੇ ਮੁੱਦਿਆਂ ਤੇ ਗੱਲ ਕਰੀਏ, ਉਹ ਜਿਹੜੇ ਪੱਖ ਦੇ ਮੁੱਦੇ ਨੇ ਪੰਜਾਬ, ਕਿਸਾਨੀ ਤੇ ਗੱਲ ਕਰੀਏ। ਕਿਸਾਨੀ ਦਾ ਬਜਟ ਘਟਾ ਦਿੱਤਾ ਗਿਆ, ਵਾਟਰ ਲੈਵਲ ਥੱਲੇ ਜਾ ਰਿਹਾ, ਡਿਵਰਸੀਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ, 500 ਕਰੋੜ ਰੁਪਇਆ ਉਹਦਾ ਬਜਟ ਘਟਾ ਦਿੱਤਾ ਗਿਆ। ਉਹਨਾਂ ਤਮਾਮ ਮੁੱਦਿਆਂ ਤੇ ਬੋਲਣਾ ਸੀ ਅਸੀਂ ਕੱਲ ਔਰ ਚਰਚਾ ਕਰਨੀ ਸੀ, ਲੇਕਿਨ ਸਰਕਾਰ ਦਾ ਰਵੱਈਆ, ਖਾਸ ਕਰਕੇ ਸਪੀਕਰ ਸਾਹਿਬ ਦਾ ਰਵੱਈਆ ਜਿਸ ਪ੍ਰਕਾਰ ਸੀਗਾ, ਬੜਾ ਤਾਨਾਸ਼ਾਹੀ ਸੀਗਾ। ਔਰ ਪੰਜਾਬ ਦੇ ਲੋਕਾਂ ਨੇ ਵੇਖਿਆ, ਕਿਉਂਕਿ ਇਸ ਤੋਂ ਪਹਿਲਾਂ ਇਹ ਕਹਿੰਦੇ ਵੀ ਇਹ ਬੋਲਦੇ ਨਹੀਂ, ਜਦੋਂ ਅਸੀਂ ਬੋਲਦੇ ਹਾਂ ਤੁਸੀਂ ਬਾਹਰ ਕੱਢ ਦਿੰਦੇ ਹੋ ਸਾਨੂੰ, ਲੋਕਾਂ ਨੂੰ ਚੱਕ ਕੇ। ਹਾਲਾਂਕਿ ਮੈਂ ਆਪ ਗਿਆ ਸਪੀਕਰ ਸਾਹਿਬ ਕੋਲੇ ਵੀ, ਸਪੀਕਰ ਸਾਹਿਬ ਸਾਨੂੰ ਸਮਾਂ, ਉਹਨਾਂ ਨੇ ਕਿਹਾ ਖੁੱਲ੍ਹਾ ਸਮਾਂ ਦੇਵਾਂਗੇ। ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਹਜੇ ਵੀ ਹਾਸੋਹੀਨ ਤੇ ਉਹੀ ਹਨੀਮੂਨ ਚ ਤੁਰੀ ਫਿਰਦੀ ਹੈ। ਪੰਜਾਬ ਦਿਨ ਬ ਦਿਨ ਥੱਲੇ ਜਾ ਰਿਹਾ। ਤੁਸੀਂ 3 ਲੱਖ ਕਰੋੜ ਤੋਂ ਕਰਜ਼ਾ ਠਪਾਤਾ, 92,000 ਕਰੋੜ ਰੁਪਇਆ 3 ਸਾਲਾਂ ਤਜਵੀਜ਼ ਰੱਖਤੀ, ਪਰ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਤੁਹਾਡਾ ਜਮਾਂ ਖਤਮ ਹੈ। ਤੁਸੀਂ ਇਸ ਵਾਰੀ 7,000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਵਾਸਤੇ ਰੱਖਿਆ। ਜੇ ਕੈਪੀਟਲ ਐਕਸਪੈਂਡੀਚਰ ਹੈ ਨਹੀਂ ਤਾਂ ਬਜਟ ਤੁਸੀਂ 2,04,000 ਕਰੋੜ ਦਾ ਕਾਹਦਾ ਕਰਤਾ? ਸੋ ਇਹ ਕਰਜ਼ਾ ਭਰਿਆ ਬਜਟ ਤੇ ਜਿਹੜਾ ਸਦਨ ਹੈ, ਮੈਂ ਸਮਝਦਾ ਕਿ ਇਹਦੇ ਨਾਲ ਇਹਦਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ। ਸੋ ਇਹੀ ਮੈਂ ਸਮਝਦਾ ਕਹਿਣਾ ਸੀ, ਔਰ ਆਸ ਕਰਦਾ ਕਿ ਗਾਂਹ ਤੋਂ ਇਹਦੇ ਵੱਲ ਧਿਆਨ ਦੇਣ ਸਰਕਾਰ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਤੁਹਾਨੂੰ ਵੀ ਇਧਰਲੇ ਪਾਸੇ ਲੋਕਾਂ ਨੇ ਬਿਠਾ ਦੇਣਾ।
ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਇਹ ਕਿਹਾ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਹੋਰਾਂ ਨੇ ਕਿ ਮੇਰੇ ਤੋਂ 2 ਕਰੋੜ ਰੁਪਏ ਦੀ ਫਰੌਤੀ ਮੰਗੀ ਗਈ। ਪਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਦੀ ਗੱਲ ਤੇ ਕਿਹੜਾ ਕਿਸੇ ਨੇ ਗੌਰ ਫਰਮਾ ਲਿਆ। ਉਹਦੀ ਕੋਈ FIR ਲੌਜ ਨਹੀਂ ਹੋਈ, ਕੋਈ ਇਨਵੈਸਟੀਗੇਸ਼ਨ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦੀ ਪੁੱਛ ਪੜਤਾਲ ਨਹੀਂ ਹੈ। ਜਦੋਂ ਕੋਈ ਹਾਦਸਾ ਹੋ ਜਾਏਗਾ ਤਾਂ ਫਿਰ ਕਹਿਣਗੇ ਵੀ ਠੀਕ ਹੈ ਵੀ ਇਹ ਫਲਾਨਾ ਹਾਦਸਾ ਹੋਇਆ। ਸੋ ਮੁੱਖ ਮੰਤਰੀ ਅਗਰ ਕੰਪਲੇਂਟ ਦੇ ਰਿਹਾ, ਉਹਦੀ ਪੜਤਾਲ ਹੁਣ ਤੱਕ ਕਰ ਲੈਣੀ ਚਾਹੀਦੀ ਸੀ।